ਫਿਰੋਜ਼ਪੁਰ ਦੇ ਹਲਕੇ ਜੀਰੇ ਦੇ ਪਿੰਡ ਲਹੂਕੇ ਕਲਾਂ ਦਾ ਫੌਜੀ ਜਵਾਨ ਕੁਲਦੀਪ ਸਿੰਘ ਪੁੱਤਰ ਗੁਰਬਖਸ਼ ਸਿੰਘ ਜੋ ਚੀਨ ਦੇ ਬਾਰਡਰ ਤੇ ਸ਼ਹੀਦ ਹੋ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ 2014 ਵਿੱਚ ਭਰਤੀ ਹੋਇਆ ਕੁਲਦੀਪ ਸਿੰਘ ਜੋ 21 ਸਿੱਖ ਰੈਜੀਮੈਂਟ ਵਿੱਚ ਚੀਨ ਦੇ ਬਾਰਡਰ ਤੇ ਬੁਮਲਾ ਸੈਕਟਰ ਵਿੱਚ ਆਪਣੀ ਡਿਊਟੀ ਦੇ ਰਿਹਾ ਸੀ ਜੋ ਕਿ ਕੱਲ੍ਹ ਅਚਾਨਕ ਸ਼ਹੀਦ ਹੋ ਗਿਆ। ਜਿਸ ਦੀ ਜਾਣਕਾਰੀ ਜਦ ਪਰਿਵਾਰ ਨੂੰ ਦਿੱਤੀ ਗਈ ਤਾਂ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਦੱਸ ਦਈਏ ਕਿ ਕੁਲਦੀਪ ਸਿੰਘ ਦਾ ਵਿਆਹ 3 ਸਾਲ ਪਹਿਲਾਂ ਹੋਇਆ ਸੀ ਜਿਸ ਦਾ 1.5 ਸਾਲ ਦਾ ਲੜਕਾ ਹੈ। ਪਰਿਵਾਰ ਵਿੱਚ ਉਸਦੀ ਮਾਤਾ, ਪਤਨੀ, 1 ਭਰਾ ਅਤੇ 3 ਭੈਣਾਂ ਹਨ। ਜਿਸ ਦੀ ਮ੍ਰਿਤਕ ਦੇਹ ਨੂੰ ਕੱਲ੍ਹ ਜ਼ਿਲ੍ਹਾ ਫਿਰੋਜ਼ਪੁਰ ਹਲਕਾ ਜੀਰਾ ਦੇ ਪਿੰਡ ਲਹੋਕੇ ਕਲਾਂ ਵਿਖੇ ਲਿਆਂਦਾ ਜਾਵੇਗਾ ਅਤੇ ਪੂਰੇ ਮਾਣ ਸਨਮਾਨ ਨਾਲ ਉਸਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਇਸ ਮੌਕੇ ਉਹਨਾਂ ਦੇ ਪਰਿਵਾਰ ਵਿੱਚ ਗਮਗੀਨ ਮਾਹੌਲ ਬਣਿਆ ਹੋਇਆ ਹੈ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਸਤੇ ਪਿੰਡ ਵਾਸੀ ਅਤੇ ਦੂਰ ਨੇੜਿਓ ਲੋਕ ਪਹੁੰਚ ਰਹੇ ਹਨ। ਉੱਥੇ ਹੀ ਗੱਲਬਾਤ ਦੌਰਾਨ ਪਰਿਵਾਰ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਕੁਲਦੀਪ ਸਿੰਘ ਦੇ ਨਾਮ 'ਤੇ ਪਿੰਡ ਵਿੱਚ ਕੋਈ ਸਟੇਡੀਅਮ ਜਾਂ ਫਿਰ ਕੋਈ ਸਕੂਲ ਜ਼ਰੂਰ ਬਣਾਇਆ ਜਾਵੇ। ਇਹ ਜੀ ਆਈ 5 ਜੀ 3 ਸਿਸਟਰ, 2 ਬ੍ਰਦਰ, 1 ਮਾਤਾ ਜੀ, ਜੋ ਕਿ ਪਰਿਵਾਰ ਨੂੰ ਅਤੇ ਪਿੰਡ ਨੂੰ ਬਹੁਤ ਘਾਟਾ ਪਿਆ। ਥੋੜ੍ਹੀ ਉਮਰ ਦੇ ਵਿੱਚ ਬਹੁਤ ਇਸਨੇ ਮਿਹਨਤ ਕਰਕੇ ਸਕੂਲ ਪੜ੍ਹ ਕੇ ਹੱਥਾਂ ਦੇ ਵਿੱਚ ਹੀ ਇੱਥੇ ਪੜ੍ਹਾਈ ਕਰਤੀ, ਇੱਥੋਂ ਹੀ ਪੜ੍ਹ ਕੇ ਫੌਜ ਦੇ ਵਿੱਚ ਭਰਤੀ ਹੋਇਆ। ਜੋ ਕਿ ਸਰਕਾਰ ਦੇ ਗਾੜੀ ਮੰਗ ਕੀਤੀ ਜਾਂਦੀ ਆ ਕਿ ਇਸ ਦੇ ਨਾਂ 'ਤੇ ਕੋਈ ਨਾ ਕੋਈ ਸਟੇਡੀਅਮ ਚਾਹੇ ਕੋਈ ਚੰਗਾ ਬਣਾਇਆ ਜਾਵੇ ਜੀ। ਮੇਰਾ ਨਾਂ ਰਣਜੀਤ ਸਿੰਘ ਹੈ ਜੀ। ਮੇਰਾ ਛੋਟਾ ਬ੍ਰਦਰ ਕੁਲਦੀਪ ਸਿੰਘ ਹੈ ਜੀ। ਉਹ ਚੀਨ 'ਤੇ ਬਾਅਦ ਬਾਰਡਰ 'ਤੇ ਸਰਵਿਸ ਕਰਦਾ ਸੀ ਜੀ। ਉਹਨਾਂ ਦਾ ਕੱਲ੍ਹ ਹੀ ਜਨਮ ਦਿਨ ਸੀ ਜੀ, 10/7/1993 ਦਾ, ਅਤੇ ਕੱਲ੍ਹ ਹੀ ਉਹਨਾਂ ਦੀ ਅਚਾਨਕ ਡੈਥ ਹੋ ਜਾਂਦੀ ਹੈ ਜੀ। ਮੈਂ ਸਰਕਾਰ ਤੋਂ ਮੰਗ ਕਰਦਾ ਹਾਂ ਕਿ ਇਹਨਾਂ ਨੂੰ ਕੁਛ ਨਾ ਕੁਛ ਸਰਕਾਰ ਵੱਲੋਂ ਦਿੱਤਾ ਜਾਵੇ ਅਤੇ ਪਿੰਡ ਵਿੱਚ ਵੀ ਕੁਛ ਨਾ ਕੁਛ ਇਹਦੀ ਯਾਦਗਾਰੀ ਚਿੰਨ੍ਹ ਕੋਈ ਬਣਵਾਇਆ ਜਾਵੇ। ਕਿੰਨੇ ਭੈਣ ਭਰਾ ਹੋ ਜੀ? ਅਸੀਂ 5 ਭੈਣ ਭਰਾ ਜੀ, 3 ਸਿਸਟਰ, 2 ਬ੍ਰਦਰ ਜੀ। ਤੁਸੀਂ ਕੀ ਕੰਮ ਕਰਦੇ? ਮੈਂ ਬਸ ਜੀ ਮੇਰੇ ਕਰਿਆਨੇ ਦੁਕਾਨ ਆ ਛੁੱਟੀ ਜੀ। ਉਹਨਾਂ ਦੀ ਉਮਰ ਤਕਰੀਬਨ 10/7/1993 ਦਾ ਜਨਮ ਸੀ ਜੀ, 29 ਸਾਲ ਦੀ ਉਮਰ ਸੀ ਜੀ। 2014 ਦੇ ਵਿੱਚ ਭਰਤੀ ਹੋਏ ਸੀ, ਤਕਰੀਬਨ ਉਹਨਾਂ ਨੂੰ 8 ਸਾਲ ਭਰਤੀ ਹੋਏ ਨੂੰ ਹੋ ਗਏ ਜੀ।